ਸਾਰੇ ਸਿੱਖਿਆਰਥੀਆਂ ਨੂੰ ਮੋਹ ਭਿੱਜੀ ਸਤਿ ਸ਼੍ਰੀ ਅਕਾਲ। ਪੰਜਾਬੀ ਲੈਕਚਰ ਕੇਡੀ ਸਰ ਪਰਿਵਾਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਹਰਿਆਣਾ ਦੇ ਵਿੱਚ PGT ਪੋਸਟ ਗ੍ਰੈਜੂਏਟ ਟੀਚਰ ਦੀ ਵੈਕੈਂਸੀ ਆਈ ਹੋਈ ਹੈ ਔਰ ਲਗਭਗ 50 ਅਸਾਮੀਆਂ ਆਈਆਂ ਨੇ, ਉਸ ਬਾਰੇ ਇਸ ਵੀਡੀਓ 'ਚ ਵਿਸਥਾਰ ਸਹਿਤ ਜਾਣਕਾਰੀ ਆਪਾਂ ਦੇਵਾਂਗੇ। ਜਿਹੜੇ ਵਿਦਿਆਰਥੀ ਨੈੱਟ ਦੀ ਤਿਆਰੀ ਕਰ ਰਹੇ ਹੈ, ਨੈੱਟ ਕਰ ਚੁੱਕੇ ਹੈ, ਉਹਨਾਂ ਲਈ ਬੜਾ ਹੀ ਸੁਖਾਲਾ ਰਹੇਗਾ, ਕਿਉਂਕਿ ਜਿਹੜਾ ਇਹ PGT ਦਾ ਸਿਲੇਬਸ ਹੈਗਾ ਉਹ ਨੈੱਟ ਦਾ ਹੀ ਸਿਲੇਬਸ ਹੈਗਾ। ਇਸ ਲਈ ਆਪਣੇ BEd STAT ਕੀਤੀ ਹੋਈ ਹੋਣੀ ਚਾਹੀਦੀ ਹੈਗੀ ਹੈ। ਇਸ ਸੰਬੰਧੀ ਆਪਾਂ ਵਿਸਥਾਰ ਸੇ ਜਾਣਕਾਰੀ ਹੈ ਉਹ ਸ਼ੁਰੂ ਕਰਦੇ ਹਾਂ, ਆਓ ਸ਼ੁਰੂ ਕਰੀਏ। ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੇ ਪੋਸਟ ਗ੍ਰੈਜੂਏਟ ਟੀਚਰ PGT ਦੀ ਵੈਕੈਂਸੀ ਕੱਢੀ ਹੈਗੀ ਹੈ ਔਰ ਇਹਦੇ ਵਿੱਚ ਕੀ ਹੈ ਕਿ ਪੰਜਾਬੀ ਦੀ ਵੈਕੈਂਸੀ ਵੀ ਨਿਕਲੀ ਹੈਗੀ ਹੈ ਅਤੇ ਇਸ ਬਾਰੇ ਆਪਾਂ ਨਾ ਆਹ ਸਾਰੀ ਜਾਣਕਾਰੀ ਲਵਾਂਗੇ। ਇਹ ਜਿਹੜੀ ਸਾਰੀ ਵਿਸਤ੍ਰਿਤ ਵਿਗਿਆਪਤੀ ਹੈਗੀ ਹੈ ਉਹ ਆਪਣੇ ਟੈਲੀਗ੍ਰਾਮ ਚੈਨਲ 'ਤੇ ਤੁਹਾਨੂੰ ਮਿਲ ਜਾਏਗੀ। ਹੁਣ 23 ਤਰੀਕ ਨੂੰ ਵਿਗਿਆਪਤੀ ਆਈ ਸੀਗੀ, 25 ਤਰੀਕ ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹੈ ਔਰ 14 ਅਗਸਤ ਤੱਕ ਫਾਰਮ ਭਰੇ ਜਾਣਗੇ। ਤਾਂ ਜਿਹੜਾ ਵੀ ਵਿਦਿਆਰਥੀ ਇਲੀਜੀਬਲ ਹੈ ਇਸ ਵਾਸਤੇ ਤਾਂ ਉਹ ਵਿਦਿਆਰਥੀ ਹੈ ਜਿਹੜਾ ਇਹ ਫਾਰਮ ਭਰ ਸਕਦਾ। ਹੁਣ ਆਪਾਂ ਅੱਗੇ ਇਸ ਬਾਰੇ ਪੂਰਾ ਵਿਸਥਾਰ ਨਾਲ ਜਾਣਨਾ ਪਾਉਂਦੇ ਹੈਗੇ ਹਾਂ ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਦੇਖੋ ਸਾਰੀਆਂ ਵੈਕੈਂਸੀਆਂ ਆਈਆਂ ਨੇ, ਆਪਾਂ ਪੰਜਾਬੀ ਦੀ ਗੱਲ ਕਰਾਂਗੇ ਸਿਰਫ। ਪੰਜਾਬੀ ਦੀਆਂ ਟੋਟਲ 50 ਹੈਗੀਆਂ, 50 ਦੇ ਵਿੱਚੋਂ ਫਿਰ ਅੱਗੇ ਕੀ ਕਹਿੰਦੇ ਆ ਕਿ ਵੈਕੈਂਸੀ ਦਾ ਵਰਤਾਰਾ ਦਿੱਤਾ ਹੋਇਆ ਉਹ ਤੁਸੀਂ ਵੇਖ ਸਕਦੇ ਹੋ। ਅਤੇ ਜਨਰਲ ਕੈਟੇਗਰੀ, ਕਿਉਂਕਿ ਜਿਹੜਾ ਅਦਰ ਸਟੇਟ ਦਾ ਹੈ, ਰਾਜਸਥਾਨ ਦਾ ਅਗਰ ਕੋਈ ਵੀ ਵਿਦਿਆਰਥੀ ਹੈ ਤਾਂ ਉਹ ਕੀ ਹੈ ਕਿ ਜਨਰਲ ਕੈਟੇਗਰੀ ਦੇ ਅੰਦਰ ਆਊਗਾ। ਅਗਰ ਉਹ ਹਰਿਆਣਾ 'ਚ ਰਹਿੰਦਾ ਤਾਂ ਉਸਨੂੰ ਕੈਟੇਗਰੀ ਦਾ ਲਾਭ ਮਿਲ ਜਾਵੇਗਾ ਅਦਰ ਸਟੇਟ ਦੇ, ਜਾਂ ਫਿਰ ਅਦਰ NRI ਬੰਦੇ ਹੈਗੇ ਆ ਜਿਹੜੇ ਬਾਹਰ ਦੇ, ਉਹ ਸਾਰੇ ਦੇ ਸਾਰੇ ਟੋਟਲ ਦੇ ਟੋਟਲ ਆਉਣਗੇ ਜਰਨਲ ਦੇ ਅੰਦਰ। ਅਤੇ ਇਸ ਵਾਸਤੇ ਆਪਾਂ ਨੂੰ ਚਾਹੀਦਾ ਕੀ ਹੈਗਾ, ਇਸ ਲਈ ਇੱਕ ਤਾਂ MA ਪੰਜਾਬੀ ਦੇ ਵਿੱਚ ਚਾਹੀਦੀ ਆਪਾਂ ਨੂੰ ਔਰ 10ਵੀਂ +2 ਵੀ ਕੀਤੀ ਹੋਵੇ, BA MA ਇਹ ਸਾਰੇ ਆਪਣੇ ਹੁੰਦੇ ਹੀ ਹੈਗੇ ਹੈ ਸਾਰਿਆਂ ਕੋਲ। ਅਤੇ ਇੱਕ ਜ਼ਰੂਰੀ ਗੱਲ, STAT ਕੀਤੀ ਹੋਣੀ ਚਾਹੀਦੀ ਹੈ ਹੋਰ ਉਹਦਾ ਗੁੱਡ ਅਕੈਡਮਿਕ ਰਿਕਾਰਡ ਹੋਣਾ ਚਾਹੀਦਾ। ਗੁੱਡ ਅਕੈਡਮਿਕ ਰਿਕਾਰਡ 'ਚ ਕੀ ਹੈਗਾ, ਗੁੱਡ ਅਕੈਡਮਿਕ ਰਿਕਾਰਡ ਦੇ ਅੰਦਰ ਆਪਣੇ ਜਿਹੜੇ MA ਹੈਗੀ ਹੈ, MA ਪੰਜਾਬੀ ਤੁਸੀਂ ਕੀਤੀ ਹੋਈ ਹੈ ਅਤੇ MA ਪੰਜਾਬੀ ਦੇ ਅੰਦਰ 50% ਨੰਬਰ ਚਾਹੀਦੇ ਹੈ ਹੋਰ ਗੁੱਡ ਅਕੈਡਮਿਕ ਰਿਕਾਰਡ ਦੇ ਵਿੱਚ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਇਨ ਦੀ ਐਵਰੇਜ ਜਿਹੜੀ ਹੈ ਉਹ 50 ਬਣਨੀ ਚਾਹੀਦੀ ਹੈਗੀ ਹੈ। ਲੈਂਗੁਏਜ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਟੈਸਟਾਂ ਦੀ ਗੱਲ ਕਰੀਏ। ਟੈਸਟਾਂ ਦੇ ਵਿੱਚ ਪਹਿਲਾ ਸਕਰੀਨਿੰਗ ਟੈਸਟ ਹੋਵੇਗਾ, 100 MCQ ਜਾਣਗੇ, 2 ਘੰਟੇ ਮਿਲਣਗੇ, 100 ਨੰਬਰ ਦੇ ਹੋਣਗੇ, ਇਹਦਾ ਸਿਲੇਬਸ ਅੱਗੇ ਦਿੱਤਾ ਹੋਇਆ ਹੈਗਾ। ਔਰ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦੂਜੇ ਪੇਪਰ ਦੀ, ਦੂਜਾ ਪੇਪਰ ਲੈਂਗੁਏਜ ਦਾ ਪੇਪਰ ਹੋਊਗਾ, ਟੋਟਲ ਲੈਂਗੁਏਜ ਦਾ 150 ਨੰਬਰਾਂ ਦਾ ਪੇਪਰ ਹੋਊਗਾ ਅਤੇ ਇਹਦਾ ਜਿਹੜਾ ਸਿਲੇਬਸ ਹੈਗਾ ਉਹ ਨੈੱਟ ਦਾ ਜਿਹੜਾ ਸਿਲੇਬਸ ਹੈ ਉਹ ਸੇਮ ਟੂ ਸੇਮ ਜਿਹੜਾ ਸਿਲੇਬਸ ਹੈ ਸਾਰੇ ਦਾ ਸਾਰਾ ਉਹੀ ਸਿਲੇਬਸ ਆਪਣੇ ਪੰਜਾਬੀ ਦਾ ਹੈਗਾ। ਇੰਟਰਵਿਊ ਦੀ ਵੇਟੇਜ ਆ ਉਹ 12.5% ਹੈਗੀ ਹੈ, ਯਾਨੀ 3 ਸਟੈਪ ਹੈ। ਤੀਜਾ ਸਟੈਪ ਹੈ ਜੋ ਇੰਟਰਵਿਊ ਦੇ ਵਿੱਚ ਹੈਗਾ
ਔਰ ਇਹ ਆਪਣੇ ਪੇ ਸਕੇਲ ਦਿੱਤੀ ਦੀ ਹੈ 47,600, 1,51,100, ਕਾਫੀ ਚੰਗੀ ਪੇ ਸਕੇਲ ਹੈਗੀ ਹੈ ਬਾਈ ਇਸ ਦੇ ਅੰਦਰ। ਏਜ ਲਿਮਿਟ ਹੈ 42 ਸਾਲ ਹੈਗੀ ਹੈ, ਬਾਕੀ ਹੋਰ ਕੈਟੇਗਰੀ ਹੈ ਉਹਨਾਂ ਨੂੰ ਛੂਟ ਹੈ। ਅਤੇ ਆਪਾਂ ਰਾਜਸਥਾਨ ਦੇ ਸੰਦਰਭ 'ਚ ਗੱਲ ਕਰ ਰਹੇ ਹਾਂ ਤਾਂ ਸਿਰਫ ਆਪਾਂ 42 ਸਾਲ ਹੈ ਉੱਥੇ ਤੱਕ ਹੀ ਰਹੀਏ। ਹੁਣ ਉਸ ਤੋਂ ਅੱਗੇ ਆਪਾਂ ਵਧੀਏ, ਆ ਦੇਖੋ ਹੁਣ ਸਕਰੀਨ 'ਤੇ ਤੁਸੀਂ ਸਿਲੇਬਸ ਦੇਖ ਰਹੇ ਹੋ, ਸੇਮ ਟੂ ਸੇਮ ਨੈਟ ਦਾ ਸਿਲੇਬਸ ਹੈਗਾ, 10 ਯੂਨਿਟਾਂ 'ਚ ਵੰਡਿਆ ਹੋਇਆ ਇਸ ਨੂੰ, 10 ਦੀਆਂ 10 ਯੂਨਿਟਾਂ ਜਿਹੜੀਆਂ ਨੈਟ ਵਾਲੀਆਂ ਹੈਗੀਆਂ ਉਹ ਹੈਗੀਆਂ। ਔਰ ਇਹ ਸਾਰਾ ਕੋਰਸ ਹੈ ਜਿਹੜਾ ਇਹ ਆਪਣੇ ਉਪਲਬਧ ਹੈਗਾ ਯੂਟਿਊਬ ਉੱਤੇ, ਤੁਸੀਂ ਫ੍ਰੀ ਵੀ ਦੇਖ ਸਕਦੇ ਹੋ। ਅਤੇ ਜਿਸ ਕੋਲ ਵੀ ਐਸ ਸਟ੍ਰੈਟਜੀ ਨੇ ਕਲੀਅਰ ਹੈਗੀ ਹੈ ਉਹ ਇਸ ਫਾਰਮ ਨੂੰ ਜ਼ਰੂਰ ਭਰੇ। ਧੰਨਵਾਦ।